ਆ ਬਾਪੂ, ਜਿਹੜਾ ਪੱਥਰ ਲਾਇਆ, ਗ੍ਰੇਨਾਈਟ ਲਾਇਆ, ਟਾਇਲ ਲਾਇਆ, ਤੇ ਕਿੰਨਾ ਖਰਚਾ ਗਿਆ? ਇਹਦੇ 5 ਲੱਖ ਲੱਗੇ। 5 ਲੱਖ ਲੱਗਿਆ ਜੀ। ਤੇ ਦੋਸਤੋ, ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗਾਂਗੇ ਜੀ ਡਰਾਇੰਗ ਰੂਮ ਦੀ ਡਾਊਨ ਸੀਲਿੰਗ, ਤੁਸੀਂ ਦੇਖੋ। ਹਾਂਜੀ, ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਦੀਪ। ਸੋ ਅੱਜ ਬਹੁਤ ਹੀ ਸੋਹਣੀ ਕੋਠੀ ਲੈ ਕੇ ਹਾਜ਼ਰ ਹੋਇਆ ਜੀ। ਸੋ ਇੱਥੇ ਆਪਣਾ ਜਿਹੜੀ ਤੁਸੀਂ ਪਿੱਛੇ ਕੋਠੀ ਦੇਖ ਰਹੇ ਹੋਗੇ, ਇੱਥੇ ਸਾਰਾ ਸਾਰਾ ਕੰਮ ਆਪਣੇ ਖਿੜਕੀਆਂ ਦਰਵਾਜ਼ਿਆਂ ਦਾ ਚੱਲੀ ਜਾਂਦਾ ਜੀ। ਤੇ ਸਾਡੇ ਨਾਲ ਸਾਡੇ ਸਤਿਕਾਰਯੋਗ ਬਾਪੂ ਜੀ ਕਰਨੈਲ ਜੀ ਮੌਜੂਦ ਨੇ। ਆਓ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਪੂ ਜੀ, ਮੱਥਾ ਟੇਕਦਾ ਜੀ। ਸਤਿ ਸ੍ਰੀ ਅਕਾਲ ਬਾਜ, ਹੋਰ ਠੀਕ ਠਾਕ ਹੋ ਜੀ? ਠੀਕ ਠਾਕ। ਬਾਪੂ ਜੀ, ਜਿਹੜੀ ਆਪਣੀ ਇਹ ਕੋਠੀ ਬਣੀ ਹੈ ਜੀ, ਹਾਂ ਬਾਈ, ਇਹ ਕਿੰਨੇ ਸਕੁਅਰ ਫੀਟ ਦੇ ਵਿੱਚ ਬਣੀ ਹੈ ਜੀ? ਇਹ 4500 ਫੁੱਟ। 4500 ਦੇ ਵਿੱਚ, ਠੀਕ ਹੈ ਜੀ। ਇੱਥੇ ਬਾਪੂ ਜੀ ਕਿੰਨੇ ਕਮਰੇ ਨੇ ਜੀ ਟੋਟਲ? 4 ਕਮਰੇ ਨੇ ਬਾਈ। ਅੱਛਾ ਜੀ, 2 ਥੱਲੇ 2 ਉੱਤੇ? 2 ਉੱਪਰ। ਠੀਕ ਹੈ ਜੀ। ਤੇ ਬਾਪੂ ਜੀ, ਹੁਣ ਤੱਕ ਕੋਠੀ ਦੇ ਵਿੱਚ ਆਪਣੇ ਦਰਵਾਜ਼ਿਆਂ ਦੇ ਕੰਮ ਸਮੇਤ ਕਿੰਨਾ ਕੁ ਖਰਚਾ ਗਿਆ ਟੋਟਲ? 60 ਲੱਖ ਰੁਪਇਆ ਲੱਗ ਗਿਆ ਬਾਈ। 60 ਲੱਖ ਲੱਗ ਗਿਆ, ਠੀਕ ਹੈ। ਬਾਪੂ ਜੀ, ਇੱਥੇ ਜਿਹੜੇ ਆਪਣੇ ਦਰਵਾਜ਼ੇ ਨੇ, ਉਹ ਆਪਾਂ ਦਰਵਾਜ਼ੇ ਵੀ ਦਿਖਾਉਂਦੇ ਅੱਗੇ ਜਾਂਦੇ ਜਾਂਦੇ। ਇਹ ਦਰਵਾਜ਼ੇ ਲਵਾਉਣ ਦਾ ਬਾਪੂ ਜੀ ਮੁੱਖ ਕਾਰਨ ਕੀ ਸੀਗਾ ਜੀ? ਇਹਦਾ ਮੁੱਖ ਕਾਰਨ ਭਾਈ ਉਹਦੇ ਸਿਉਂਖ ਲੱਗਦੀ ਸੀ। ਅੱਛਾ ਜੀ। ਇਹਦੇ ਹੁਣ ਸਿਉਂਖ ਨਹੀਂ ਲੱਗਦੀ ਤਾਂ ਲਵਾਏ ਨੇ ਇਹ। ਠੀਕ ਹੈ ਜੀ। ਤੇ ਮਾੜਾ ਜਿਹਾ ਦੱਸ ਦਿਓ, ਵੀਰਾ ਕਿਹੜੀ ਕੰਟਰੀ 'ਚ ਰਹਿੰਦਾ ਜੀ? ਵੀਰਾ ਕਿਹੜੇ ਦੇਸ਼ ਰਹਿੰਦੇ ਜੀ? ਆਸਟ੍ਰੇਲੀਆ 'ਚ ਰਹਿੰਦਾ ਮੇਰਾ ਪੋਤਾ ਬਾਈ। ਠੀਕ ਹੈ ਜੀ। ਹਾਂ, ਤੇ ਪਰਿਵਾਰ ਨੇ ਵੀ ਨਾਲ ਹੀ ਜਾਣਾ ਫਿਰ ਉੱਥੇ ਜੀ? ਹਾਂ, ਪਰਿਵਾਰ ਵੀ ਜਾਊਗਾ। ਠੀਕ ਹੈ ਜੀ। ਉੱਥੇ ਤੇ ਉਹਨੇ ਕਿਹਾ ਵੀ ਇਹੀ ਜੀ ਬਣਵਾਓ। ਠੀਕ ਹੈ ਜੀ। ਉਹਦੀ ਸਿਫਾਰਿਸ਼ ਵੀ ਉੱਥੋਂ ਦਵਾਓ। ਠੀਕ ਹੈ। ਜਿਵੇਂ ਤੁਸੀਂ ਬਾਪੂ ਜੀ ਸਾਡੀਆਂ ਮਤਲਬ ਕੰਮ ਹੋਇਆ ਹੋਇਆ ਪਹਿਲਾਂ ਧੂਰੀ ਵੀ ਦੇਖਿਆ, ਕੰਮ ਦੇਖਿਆ, ਕਿਵੇਂ ਲੱਗਿਆ ਜੀ? ਤਸੱਲੀ ਮਿਲੀ? ਦੇਖ ਕੇ ਵਧੀਆ ਲੱਗਿਆ ਭਾਈ ਧੂਰੀ। ਠੀਕ ਹੈ ਜੀ। ਅਸੀਂ ਕਰਾਇਆ ਹੈ। ਠੀਕ ਹੈ। ਉਹ ਵੀ ਬੰਦੇ NRI ਸੀਗੇ ਜੀ? ਹਾਂ, ਉਹ ਵੀ NRI। ਕੋਈ ਲਾਂਭਾ ਦਿੱਤਾ ਸਾਡੇ ਕੰਮ ਪ੍ਰਤੀ? ਕੋਈ ਲਾਂਭਾ ਨਹੀਂ ਹੈਗਾ। ਠੀਕ ਹੈ ਜੀ। ਉਹ ਕਹਿੰਦੇ ਬਹੁਤ ਵਧੀਆ ਕੰਮ ਹੈ। ਠੀਕ ਹੈ ਜੀ। ਅਸੀਂ ਲਵਾਇਆ ਹੈ। ਅੱਛਾ ਜੀ। ਠੀਕ ਹੈ ਜੀ। ਸੋ ਦੋਸਤੋ, ਇਹ ਸਾਡੇ ਨਾਲ ਸਾਡੇ ਸਤਿਕਾਰਯੋਗ ਅੰਕਲ ਜੀ ਕਰਨੈਲ ਜੀ, ਤੇ ਇਹਨਾਂ ਦੇ ਜਿਹੜੇ ਪੋਤਾ ਜੀ ਨੇ ਬਾਈ ਨਰਿੰਦਰ ਜੀ, ਉਹ ਹੈਗੇ ਕਿ ਆਸਟ੍ਰੇਲੀਆ ਦੇ ਵਿੱਚ। ਤੇ ਜਿਹੜੀ ਕੋਠੀ ਆ ਗਈ 4500 ਸਕੁਅਰ ਫੀਟ ਦੇ ਵਿੱਚ ਬਣ ਕੇ ਤਿਆਰ ਹੋਈ ਆ, ਤੇ ਹੁਣ ਤੱਕ ਸਾਡੇ ਦਰਵਾਜ਼ਿਆਂ ਦੇ ਕੰਮ ਤੱਕ 60 ਲੱਖ ਰੁਪਇਆ ਲੱਗ ਚੁੱਕਿਆ। ਠੀਕ ਹੈ ਬਾਪੂ ਜੀ। ਤੇ ਆਹ ਬਾਪੂ, ਜਿਹੜਾ ਪੱਥਰ ਲਾਇਆ, ਗ੍ਰੇਨਾਈਟ ਲਾਇਆ, ਟਾਇਲ ਲਾਇਆ, ਤੇ ਕਿੰਨਾ ਖਰਚਾ ਗਿਆ? ਇਹਦੇ 5 ਲੱਖ ਲੱਗੇ। 5 ਲੱਖ ਲੱਗਿਆ ਜੀ। ਬਿਲਕੁਲ ਸਾਫ ਸੁਥਰਾ ਜਿੰਨਾ ਕੁ ਲੱਗਿਆ ਉਹਨਾਂ ਕੀ ਤੁਹਾਨੂੰ ਦੱਸ ਰਿਹਾ। ਤੇ ਆਓ, ਆਪਾਂ ਹੁਣ ਦਰਵਾਜ਼ੇ ਦਿਖਾਉਂਦੇ ਆ। ਤੇ ਆਹ ਤੁਸੀਂ ਦੋਸਤੋ ਦੇਖ ਸਕਦੇ ਹੋ, ਆਪਣਾ ਦਰਵਾਜ਼ਾ ਜਾਲੀ ਵਾਲਾ ਪੱਲਾ ਬਣਿਆ ਹੋਇਆ ਹੈਗਾ। ਠੀਕ ਹੈ ਜੀ। ਆਹ ਉਰੇ ਆਪਣੀ ਸਾਰੀ ਸਟੀਲ ਦੀ ਜਾਲੀ ਪਈ ਹੋਈ ਆ, ਸਟੀਲ ਦੀ ਪੈਪ ਪਈ ਹੋਈ ਆ, ਤੇ ਇੱਥੇ ਆਪਣਾ ਪੈ ਜੂਗਾ ਸ਼ੀਸ਼ਾ, ਤੇ ਆਹ ਲੱਗੇ ਹੋਏ ਆਪਣਾ ਦਿਲੇ, ਹਨਾ ਜੀ। ਤੇ ਇੱਥੇ ਆ ਗਈ ਆਪਣੀ ਹੱਥੀ, ਤੁਸੀਂ ਇਹਨੂੰ ਜਿਵੇਂ ਮਰਜ਼ੀ ਖੋਲ ਸਕਦੇ ਹੋ, ਬੰਦ ਕਰ ਸਕਦੇ ਹੋ। ਇੱਥੋਂ ਸਕਰੂ ਨਹੀਂ ਸਲਿੱਪ ਕਰਦਾ, ਕਿਉਂਕਿ ਇੰਨੇ ਏਰੀਆ ਦੇ ਵਿੱਚ ਸਾਰੀ ਸਾਰੀ ਆਪਣੀ ਟਾਟਾ ਦੀ ਪੈਪ ਪਈ ਹੋਈ ਆ ਜੀ। ਠੀਕ ਹੈ ਜੀ। ਤੇ ਆਓ ਦੋਸਤੋ, ਆਪਾਂ ਤੁਹਾਨੂੰ ਅੰਦਰੋਂ ਦਿਖਾਉਣੇ ਆ, ਤੁਸੀਂ ਦੇਖ ਸਕਦੇ ਹੋ ਬਹੁਤ ਹੈਵੀ ਪੱਲਾ ਹੈਗਾ। ਤੇ ਆਹ ਆ ਗਿਆ ਜੀ ਆਪਣਾ ਮੇਨ ਪਲਾਈ ਵਾਲਾ ਪੱਲਾ, ਤੇ ਤੁਹਾਨੂੰ ਇਹ ਵੀ ਆਪਾਂ ਦਿਖਾਉਣੇ ਆਗੇ ਬੰਦ ਕਰਕੇ। ਦੋਵੇਂ ਪਾਸੇ ਦੇ ਡਿਜ਼ਾਈਨ ਪਿਆ ਹੋਇਆ ਹੈਗਾ। ਆ ਦੇਖੋ, ਬੰਦ ਕਰਨ ਤੇ ਖੋਲਣ ਦੇ ਵਿੱਚ ਕੋਈ ਸਮੱਸਿਆ ਨਹੀਂ ਹੈਗੀ। ਤੇ ਜਦੋਂ ਆਪਾਂ ਮੇਨ ਵੈਲਕਮ ਐਂਟਰੀ ਤੋਂ ਅੰਦਰ ਦਾਖਲ ਹੁੰਦੇ ਆ, ਨਾਲ ਹੀ ਆਪਣਾ ਆ ਜਾਂਦਾ ਹੈਗਾ ਡਰਾਇੰਗ ਰੂਮ ਜੀ। ਸੋ ਦੋਸਤੋ, ਆਪਾਂ ਪਹੁੰਚ ਚੁੱਕੇ ਹਾਂਗੇ ਮੇਨ ਐਂਟਰੀ ਦੇ ਨਾਲ ਡਰਾਇੰਗ ਰੂਮ ਦੇ ਵਿੱਚ। ਸੋ ਤੁਹਾਨੂੰ ਦਿਖਾਉਂਦੇ ਆ ਡਰਾਇੰਗ ਰੂਮ, ਤੇ ਬਹੁਤ ਹੀ ਸੋਹਣੀ ਛੱਤ ਦੇ ਉੱਪਰ ਤੁਸੀਂ ਡਾਊਨ ਸੀਲਿੰਗ ਦੇਖ ਸਕਦੇ ਹੋਗੇ। ਡਾਊਨ ਸੀਲਿੰਗ ਤੁਸੀਂ ਦੇਖੋ ਕਿੰਨੀ ਸ਼ਾਨਦਾਰ ਛੱਤ ਦਾ ਡਿਜ਼ਾਈਨ ਕੀਤਾ ਗਿਆ ਹੈਗਾ। ਤੇ ਇੱਧਰ ਤੁਹਾਨੂੰ ਪਰਿਵਾਰ ਦੀਆਂ ਫੋਟੋਆਂ ਮਿਲ ਜਾਣਗੀਆਂ ਦੇਖਣ ਨੂੰ। ਤੇ ਤੁਸੀਂ ਦੇਖੋ ਫੈਨ ਦਾ ਡਿਜ਼ਾਈਨ ਨੂੰ ਲੈ ਕੇ, ਤੇ ਇਹਦੇ ਵਿੱਚ ਜਿਹੜੀ ਗੋਲਡਨ ਲਾਈਟ ਦਿੱਤੀ ਹੋਈ ਹੈਗੀ, ਬਹੁਤ ਹੀ ਸੋਹਣੀ ਲੱਗਦੀ ਹੈਗੀ, ਹਨਾ। ਤੁਸੀਂ ਦੇਖੋ ਪੂਰਾ ਪੂਰਾ ਸਾਰਾ ਸਾਰਾ ਸਿਸਟਮ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਕੰਮ ਬੜੇ ਰੀਝ ਦੇ ਨਾਲ ਕੀਤਾ ਗਿਆ। ਆਹ ਆਪਣੇ ਹੈਗੇ ਹੈਗੇ ਸੋਫੇ, ਤੇ ਬਹੁਤ ਹੀ ਘੈਂਟ ਤੇ ਜਾਨਦਾਰ ਸੋਫੇ ਨੇ, ਬੜਾ ਕੰਫਰਟੇਬਲ ਨੇ ਜੀ। ਤੇ ਇਹਦੇ ਨਾਲ ਹੀ ਆਪਣੀ ਲੌਬੀ ਸਟਾਰਟ ਹੋ ਜਾਂਦੀ ਹੈਗੀ। ਕਿਸੇ ਕਿਸਮ ਦੀ ਇਸ ਕੋਠੀ ਦੇ ਵਿੱਚ ਕੋਈ ਕਮੀ ਨਹੀਂ ਹੈਗੀ, ਹਵਾ ਦੀ, ਰੋਸ਼ਨੀ ਦੀ, ਸਾਰੇ ਸਾਰਾ ਮਤਲਬ ਪੱਖੋਂ ਇਹ ਕੋਠੀ ਪੂਰੀ ਆ। ਸੋ ਦੋਸਤੋ, ਥੋੜ੍ਹਾ ਜਿਹਾ ਦੇ ਨਾਲ ਆਪਣੀ ਲੌਬੀ ਆ ਜਾਂਦੀ ਹੈ, ਤਾਂ ਲੌਬੀ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋਗੇ, ਹਨਾ, ਪੂਰਾ ਜਿਵੇਂ ਮਰਜ਼ੀ ਤੁਸੀਂ ਇੱਥੇ ਡਾਈਨਿੰਗ ਏਰੀਆ ਵੀ ਬਣਾ ਸਕਦੇ ਹੋ, ਜਿਵੇਂ ਮਰਜ਼ੀ ਤੁਸੀਂ ਬੈਠ ਸਕਦੇ ਹੋ। ਸੋ ਵੀਰ ਜੀ, ਇਹ ਆਪਾਂ ਦੂਸਰੇ ਐਂਗਲ ਤੋਂ ਲੌਬੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ, ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਛੱਤਾਂ ਦੇ ਵਿੱਚ ਡਾਊਨ ਸੀਲਿੰਗ ਦਾ ਡਿਜ਼ਾਈਨ ਹੈਗਾ, ਬਹੁਤ ਹੀ ਸੋਹਣਾ ਕੋਠੀ ਦੇ
ਫਰੰਟ ਐਲੀਵੇਸ਼ਨ ਦੇ ਮੁਤਾਬਕ ਪੂਰਾ ਜੱਚ ਰਿਹਾ ਹੈਗਾ ਅਤੇ ਜਿੰਨਾ ਵੀ ਕੰਮ ਹੋਇਆ ਬੜੇ ਰੀਝ ਦੇ ਨਾਲ ਅਤੇ ਤਸੱਲੀ ਦੇ ਨਾਲ ਬੜਾ ਸਫਾਈ ਦੇ ਨਾਲ ਹੋਇਆ ਹੈਗਾ ਅਤੇ ਲੌਬੀ ਦੇ ਵਿੱਚ ਕਿਸੇ ਕਿਸਮ ਦੀ ਕੋਈ ਘੁਟਣ ਮਹਿਸੂਸ ਨਹੀਂ ਹੁੰਦੀ। ਅਤੇ ਇੱਧਰ ਤੁਸੀਂ ਦੇਖ ਸਕਦੇ ਹੋ ਆਪਣੀ ਕਿਚਨ ਆ ਗਈ ਜੀ, ਅਤੇ ਕਿਚਨ ਦਾ ਬਈ ਕੰਮ ਬਾਪੂ ਫਿਰ ਕਿਵੇਂ ਕਰਵਾਉਣਾ ਗਾ, ਇਹ ਕਦੋਂ ਤੱਕ ਕਰਵਾਉਣਾ ਜੀ? ਹਜੇ ਇਹ ਖੂਨੀ ਕਰਾ ਦਾਂਗੇ ਭਾਈ। ਅੱਛਾ, ਜਦੋਂ ਬਾਹਰ ਜਾ ਕੇ ਆ ਗਏ ਉਦੋਂ? ਹਾਂ ਠੀਕ ਹੈ ਜੀ, ਠੀਕ ਆ। ਸੋ ਆਪਾਂ ਤੁਹਾਨੂੰ ਕਿਚਨ ਵੀ ਦਿਖਾ ਦਿੰਦੇ ਹਾਂ ਜੀ, ਅਤੇ ਹਾਲੇ ਕਿਚਨ ਦਾ ਕੰਮ ਰਹਿੰਦਾ ਹੈਗਾ, ਕਿਚਨ ਵੀ ਪੂਰੀ ਖੁੱਲ੍ਹੀ ਹੈਗੀ, ਕਿਸੇ ਕਿਸਮ ਦਾ ਕੋਈ ਐਂ ਨਹੀਂ ਹੈਗਾ ਵੀ ਛੋਟੀ ਜਗ੍ਹਾ ਦੇ ਵਿੱਚ ਕਿਚਨ ਬਣੀ ਹੈਗੀ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਰਾ ਸਾਰਾ ਕੰਮ ਤਿਆਰ ਹੋਇਆ ਹੋਏਗਾ, ਅਤੇ ਆਓ ਤੁਹਾਨੂੰ ਦਿਖਾਉਣਾ ਹੈਗਾ ਆਪਾਂ ਹੁਣ ਬੈਡਰੂਮ। ਆਹ ਆਪਣਾ ਗਿਆ ਪਹਿਲਾ ਬੈਡਰੂਮ, ਇਹ ਬਾਪੂ ਫਿਰ ਤੁਹਾਡੇ ਵਾਲਾ ਕਮਰਾ? ਹਾਂ ਜੀ, ਠੀਕ ਹੈ ਜੀ, ਠੀਕ ਹੈ। ਸੋ ਆਹ ਦੇਖੋ ਜੀ ਦੋਸਤੋ, ਕੋਈ ਮਤਲਬ ਇਹਨੂੰ ਲਾਉਣ ਬੰਦ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ, ਅਤੇ ਇਹਦੀ 25 ਸਾਲ ਦੀ ਗਰੰਟੀ ਆ, ਨਾ ਇਹਨੂੰ ਸਿਉਂਕ ਪਵੇ ਨਾ ਇਹ ਪਾਣੀ ਦੇ ਵਿੱਚ ਖਰਾਬ ਹੋਵੇ। ਅਤੇ ਬਾਪੂ ਜਿਵੇਂ ਹੁਣ ਹੋਰ ਪਰਿਵਾਰ ਕੋਠੀਆਂ ਬਣਾਉਂਦੇ ਆ ਹਨਾ, ਅਤੇ ਮਤਲਬ ਜਿਨ੍ਹਾਂ ਦੇ ਜਵਾਕ ਬਾਹਰੇ ਨੇ ਕੋਠੀ ਬੰਦ ਕਰਕੇ ਬਾਹਰੇ ਜਾਂਦੇ ਨੇ, ਉਹ ਕਈ ਬੰਦੇ ਨੂੰ ਪਤਾ ਨਹੀਂ ਹੈਗਾ ਇਹ ਚੀਜ਼ ਦੇ ਬਾਰੇ, ਉਹਨਾਂ ਨੂੰ ਕੀ ਸੁਨੇਹਾ ਦਿਓਗੇ ਵੀ ਇਹ ਚੀਜ਼ ਲਵਾਉਣੀ ਚਾਹੀਦੀ ਕਿ ਨਹੀਂ ਲਵਾਉਣੀ ਚਾਹੀਦੀ ਜੀ? ਉਹਨਾਂ ਨੂੰ ਸ਼ੌਂਕ ਲੱਗ ਜਾਂਦੇ ਭਾਈ, ਲੱਕੜ ਦੇ ਇਹਨਾਂ ਨੂੰ ਸ਼ੌਂਕ ਨਹੀਂ ਲੱਗਦੀ ਹੈਗੀ, ਤੁਹਾਡੇ ਹਿਸਾਬ ਨਾਲ ਲਵਾਉਣਾ ਚਾਹੀਦਾ ਜੀ? ਇਹ ਲਵਾਉਣਾ ਚਾਹੀਦਾ, ਫਾਇਦੇ ਵਾਲੀ ਚੀਜ਼ ਆ ਨੁਕਸਾਨ ਵਾਲੀ ਚੀਜ਼ ਆ? ਠੀਕ ਹੈ ਜੀ, ਤੇ ਬਾਪੂ ਦੀ ਬਾਈ ਗੱਲ ਮੰਨ ਲਿਓ, ਸਾਡੇ ਤੋਂ ਕੰਮ ਕਰਾ ਲਿਓ। ਤੇ ਆਹ ਦੇਖੋ ਜੀ, ਨਾਲ ਹੀ ਆਪਣਾ ਆ ਗਿਆ ਵਾਸ਼ਰੂਮ ਵਾਲਾ, ਬਾਥਰੂਮ ਵਾਲਾ ਪੱਲਾ, ਤੇ ਨਾਲ ਇਹਦੇ ਚਟਕਣੀ ਲੱਗੀ ਹੋਈ ਆ, ਦੋਵੇਂ ਪਾਸੇ ਡਿਜ਼ਾਈਨ ਪਏ ਹੋਏ ਨੇ, ਇਹਦੇ ਬਾਹਰਲੇ ਪਾਸੇ ਵੀ ਡਿਜ਼ਾਈਨ ਆ ਤੇ ਦੂਜੇ ਪਾਸੇ ਵੀ ਡਿਜ਼ਾਈਨ ਆ, ਕਿਸੇ ਕਿਸਮ ਦੀ ਅਸੀਂ ਕੋਈ ਆਪਦੇ ਵੱਲੋਂ ਕਮੀ ਨਹੀਂ ਛੱਡੀ ਹੈਗੀ। ਤੇ ਇੱਥੋਂ ਜਿਵੇਂ ਮਰਜ਼ੀ ਤੁਸੀਂ ਖੋਲ੍ਹ ਕੇ ਅੰਦਰ ਜਾ ਸਕਦੇ ਹੋ। ਆਹ ਦੇਖੋ ਵਾਸ਼ਰੂਮ ਵੀ ਬਹੁਤ ਸੋਹਣਾ ਤਿਆਰ ਕੀਤਾ ਹੋਇਆ, ਸਾਰੀ ਟਾਇਲ ਵਗੈਰਾ ਸਾਰਾ ਸਾਰਾ ਹਨਾ ਕਲਰ ਕੰਬੀਨੇਸ਼ਨ ਐਨ ਪੂਰਾ ਚਿਬਕੜ ਕੰਮ ਕੀਤਾ ਹੋਇਆ। ਆਹ ਦੇਖੋ ਜੀ ਦਰਵਾਜ਼ਾ ਸਾਰੇ ਦਾ ਸਾਰਾ, ਵੀਰੇ ਦੂਰ ਤੋਂ ਦਿਖਾ ਦੀ ਪੱਲਾ ਸਾਰਾ, ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੈਗੀ, ਕੋਈ ਇਹ ਪੱਲੇ ਹਲਕੇ ਨਹੀਂ ਹੈਗੇ ਵੀ ਊਈ ਤੁਸੀਂ ਮੋਢਾ ਮਾਰ ਕੇ ਕੋਈ ਕੱਲੋਂ ਆਪਣਾ ਘਰ ਲੁੱਟ ਕੇ ਲੈ ਜਾਏ, ਇੱਦਾਂ ਦਾ ਕੋਈ ਕੰਸੈਪਟ ਨਹੀਂ ਹੈਗਾ। ਸਾਰੇ ਪੂਰੇ ਹੈਵੀ ਦਰਵਾਜ਼ੇ ਨੇ, 55 ਤੋਂ ਲੈ ਕੇ 60 ਕਿਲੋ ਤੱਕ ਵਜਨ ਹੈਗਾ। ਤੇ ਆਹ ਦੇਖੋ ਜੀ, ਜਿਵੇਂ ਮਰਜ਼ੀ ਤੁਸੀਂ ਇਹਨੂੰ ਖੋਲ ਸਕਦੇ ਹੋ, ਬੰਦ ਕਰ ਸਕਦੇ ਹੋ, ਬਾਕੀ ਆਪਾਂ ਹਨਾ ਆਪ ਦੇਖਣਾ ਹੁੰਦਾ ਚੰਗਾ ਮਾੜਾ ਆਪਣਾ। ਤੇ ਦੇਖੋ ਜੀ ਆਹ ਤੁਸੀਂ ਸਾਰਾ ਸਾਰਾ ਕੰਮ ਅੰਦਰੋਂ, ਬੈਡਰੂਮ ਵੀ ਤੁਹਾਨੂੰ ਦਿਖਾਉਣੇ ਆ। ਇਹ ਵੀ ਬੈਡਰੂਮ ਹੈ, ਆਹ ਵੀ ਬੈਡਰੂਮ ਆ ਗਿਆ, ਬੈੱਡ ਇੱਥੇ ਲੱਗੇ ਪਿਆ ਗੇ, ਤੇ ਉੱਪਰ ਸਾਰਾ ਡਾਊਨ ਸੀਲਿੰਗ ਦਾ ਤੁਹਾਨੂੰ ਸਾਰਾ ਸਾਰਾ ਕੰਮ ਐਨ ਤਸੱਲੀ ਵਾਲਾ ਮਿਲ ਜੂਗਾ। ਤੇ ਆਪਾਂ ਤੁਹਾਨੂੰ ਲਾਈਟਾਂ ਵੀ ਲਾ ਕੇ ਦਿਖਾ ਦਿਆਂਗੇ। ਆਹ ਦੇਖੋ ਜੀ ਤੁਸੀਂ, ਪੂਰਾ ਸੋਹਣਾ ਟੋਟਲੀ ਬੈਡਰੂਮ ਬਣਿਆ ਹੋਇਆ ਹੈਗਾ। ਤੇ ਵੀਰੇ ਇੱਧਰਲੇ ਪਾਸਿਓਂ ਦਿਖਾ ਦਿੰਦੇ ਆਪਾਂ, ਇਹਦੀ ਦੂਜੀ ਸਾਈਡ ਤੋਂ ਵੀ ਡਿਜ਼ਾਈਨ ਪਿਆ ਹੋਇਆ। ਆਹ ਦੇਖੋ ਜੀ, ਬਾਹਰੋਂ ਵੀ ਡਿਜ਼ਾਈਨ ਆ ਤੇ ਅੰਦਰੋਂ ਵੀ ਡਿਜ਼ਾਈਨ ਆ, ਸਾਰਾ ਸਾਰਾ ਸੇਮ ਆ ਹਨਾ। ਤੇ ਇੱਧਰ ਆ ਗਈਆਂ ਜੀ ਆਪਣੀਆਂ ਪੌੜੀਆਂ। ਤੇ ਬਾਈ ਜੀ ਆਹ ਦੇਖੋ, ਕਲੋਕ ਲੱਗੀ ਹੋਈ ਲੌਬੀ ਦੇ ਵਿੱਚ, ਬਹੁਤ ਸੋਹਣੀ। ਤੇ ਬਾਪੂ ਜੀ ਹੁਣ ਆਪਾਂ ਦਿਖਾ ਦਿਓ ਉੱਤੋਂ ਕੋਠੀ ਫਿਰ। ਹਾਂ ਪਰ ਦੇਖੋ ਭਾਈ ਆ ਕੇ, ਆ ਜਾਓ ਜੀ ਆ ਜਾਓ। ਲਓ ਵੀ ਦੋਸਤੋ, ਹੁਣ ਆਪਾਂ ਚੱਲੇ ਹਾਂ ਫਸਟ ਫਲੋਰ ਦੇ ਉੱਪਰ, ਤੇ ਪੌੜੀਆਂ ਦਾ ਕੰਮ ਹਾਲੇ ਰਹਿੰਦਾ ਗਾ, ਇੱਥੇ ਗਲਾਸਿੰਗ ਵਗੈਰਾ ਜੋ ਵੀ ਕੰਮ ਕਰਨਾ ਗਾ ਹਨਾ ਉਹ ਦੇਖਾਂਗੇ ਆਪਾਂ ਕੀ ਗੱਲਬਾਤ ਆ। ਇੱਥੇ ਜਿਵੇਂ ਮਰਜ਼ੀ ਤੁਸੀਂ ਖੜ ਸਕਦੇ ਹੋ, ਤੇ ਇੱਧਰ ਸਾਈਡ ਦੇ ਉੱਪਰ ਗਲਾਸ ਵਿੰਡੋ ਦਿੱਤੀ ਹੋਈ ਹੈਗੀ ਆਪਣੀ। ਹਾਂਜੀ ਬਾਪੂ ਜੀ, ਆਹ ਦੇਖੋ ਭਾਈ। ਤੇ ਆਹ ਬਾਪੂ ਜੀ ਕੀ ਚੀਜ਼ ਆ ਜੀ? ਇਹ ਵੀ ਕਮਰਾ ਭਾਈ, ਕਮਰਾ ਜੀ? ਹਾਂ ਠੀਕ ਹੈ ਜੀ, ਠੀਕ ਹੈ। ਗੈਸਟ ਰੂਮ, ਗੈਸਟ ਰੂਮ। ਸੋ ਦੋਸਤੋ ਤੁਸੀਂ ਦੇਖ ਸਕਦੇ ਹੋਗੇ ਆਹ ਵੀ ਆਪਣਾ ਰੂਮ ਹੈਗਾ, ਤੇ ਇੱਥੇ ਸਾਰੀ ਸਾਰੀ ਡਾਊਨ ਸੀਲਿੰਗ ਵੀਰੇ ਦਿਖਾ ਦਿਓ, ਛੱਤਾਂ ਦੀ ਡਾਊਨ ਸੀਲਿੰਗ ਦਿਖਾ ਦਿਓ, ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਕੀਤੀ ਗਈ ਆ, ਤੇ ਸਾਰਾ ਸਾਰਾ ਕੰਮ ਵਧੀਆ ਤਸੱਲੀ ਬਖਸ਼ ਕੀਤਾ ਹੋਇਆ ਹੈਗਾ। ਹਾਂਜੀ ਵੀਰ ਜੀ, ਤੁਸੀਂ ਦੇਖ ਸਕਦੇ ਹੋ ਫਸਟ ਫਲੋਰ ਦੇ ਉੱਪਰ ਜਿਹੜਾ ਤੁਹਾਨੂੰ ਮੇਨ ਬੈਡਰੂਮ ਆਪਾਂ ਦਿਖਾਇਆ ਗਾ ਵੀਰੇ ਨਿੰਦਰ ਦੀ, ਇਹ ਤੁਸੀਂ ਖੂਬਸੂਰਤ ਤਸਵੀਰ ਦੇਖ ਸਕਦੇ ਹੋ ਆਪਣੇ ਫੈਮਿਲੀ ਦੇ ਨਾਲ ਆ ਗਈ ਉਹਨਾਂ ਦੀ। ਅਤੇ ਬਾਈ ਹੁਣੇ ਆਪ ਤਾਂ ਹੈ ਨਹੀਂ ਗੇ, ਚਲੋ ਅਸੀਂ ਉਹਨਾਂ ਦੀ ਇੰਨੀ ਕੁ ਹਾਜ਼ਰੀ ਲਵਾਤੀ ਆ, ਬਾਕੀ ਕੰਮ ਜ਼ਰੂਰ ਚੈੱਕ ਕਰਕੇ ਦੱਸੋ ਵੀ ਸਾਡਾ ਹੈ ਨਾ ਪੱਲਿਆਂ ਦਾ ਕੰਮ ਤੁਹਾਨੂੰ ਕਿਵੇਂ ਲੱਗਿਆ, ਪਸੰਦ ਆ ਜਾਂ ਨਹੀਂ ਪਸੰਦ ਹੈ ਨਾ।
ਤੇ ਬੜੀ ਮਿਹਨਤ ਦੇ ਨਾਲ ਵੀਡੀਓ ਤਿਆਰ ਕੀਤੀ ਗਈ ਆ। ਆਸ ਕਰਦੇ ਹਾਂ ਤੁਹਾਨੂੰ ਕੰਮ ਪਸੰਦ ਆ ਰਿਹਾ ਹੋਊਗਾ। ਤੇ ਵੀਰੇ ਹੁਣੇ ਆਸਟ੍ਰੇਲੀਆ ਦੇ ਵਿੱਚ ਨੇ ਤੇ ਬਾਪੂ ਜੀ ਇੱਧਰ ਵੀ ਆਪਾਂ ਦਿਖਾ ਦਈਏ ਹਨਾ, ਇਹ ਵੀ ਆਪਣਾ ਬੈਡਰੂਮ ਆ ਗਿਆ, ਬੈਡਰੂਮ ਆ ਗਿਆ, ਠੀਕ ਹੈ ਜੀ। ਸੋ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਬੈਡਰੂਮ ਤੇ ਸਾਰਾ ਸਾਰਾ ਦਰਵਾਜ਼ਾ ਦੇਖੋ ਜੀ, ਪੂਰਾ ਸੋਹਣਾ ਵਧੀਆ ਜਿਵੇਂ ਫਲੱਸ਼ ਡੋਰ ਦੇ ਵਿੱਚ ਡਿਜ਼ਾਇਨ ਹੁੰਦਾ ਹੈਗਾ, ਇੱਧਰ ਵੀ ਪਿਆ ਹੋਇਆ ਹੈਗਾ ਤੇ ਅੰਦਰਲੇ ਪਾਸੇ ਵੀ ਤੇ ਅੰਦਰੋਂ ਵੀ ਤੁਸੀਂ ਦੇਖ ਸਕਦੇ ਹੋ ਦਰਵਾਜ਼ਾ ਐਨ ਪੂਰਾ। ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੈਗੀ, ਜਿਵੇਂ ਮਰਜ਼ੀ ਤੁਸੀਂ ਇਹਨੂੰ ਮੂਵ ਕਰ ਸਕਦੇ ਹੋ, ਬੰਦ ਕਰ ਸਕਦੇ ਹੋਗੇ, ਕੋਈ ਕਿਸੇ ਕਿਸਮ ਦੀ ਕੋਈ ਇਹਨੂੰ ਲੋਕ ਨੂੰ ਖੋਲਣ ਜਾਂ ਬੰਦ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ। ਆਹ ਦੇਖੋ ਜੀ ਇੱਧਰ ਵੀ ਸਾਰਾ ਆਪਣਾ ਸ਼ੀਸ਼ਾ ਪਿਆ ਹੋਏਗਾ ਜੀ, ਇੱਥੇ ਟਫਨ ਗਲਾਸ 8 mm ਦਾ ਤੇ ਇੱਧਰ ਆਪਣੀ ਵਿੰਡੋ ਲੱਗੀ ਹੋਈ ਆ ਵੀ ਇਹਨੂੰ ਤੁਸੀਂ ਖੋਲ ਵੀ ਸਕਦੇ ਹੋ, ਠੀਕ ਹੈ ਜੀ। ਇੱਧਰ ਹਜੇ ਵਿੰਡੋ ਲੱਗਣੀ ਬਾਕੀ ਹੈਗੀ। ਸੋ ਇੱਧਰ ਆਪਣਾ ਏਰੀਆ ਆ ਗਿਆ ਜੀ, ਬਾਹਰ ਨੂੰ ਨਿਕਲਣ ਦਾ ਰਸਤਾ ਨਾ ਬਾਪੂ ਜੀ, ਬਾਹਰ ਨੂੰ ਇੱਥੇ ਜਿਵੇਂ ਮਰਜ਼ੀ ਤੁਸੀਂ ਸਿਆਲਾਂ ਦੇ ਵਿੱਚ ਬਹਿ ਕੇ ਚਾਹ ਦਾ ਸਵਾਦ ਲੈ ਸਕਦੇ ਹੋ, ਧੁੱਪ ਦਾ ਸਵਾਦ ਲੈ ਸਕਦੇ ਹੋ ਕਿ ਨਹੀਂ ਬਾਪੂ ਜੀ? ਇੱਥੋਂ ਨਜ਼ਾਰਾ ਆਉਂਦਾ ਸਾਰੇ ਪਿੰਡ ਦਾ। ਹਾਂ ਇੱਥੋਂ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਸਾਰਾ ਸਾਰਾ ਜਾਲੀ ਲੱਗੀ ਹੋਈ ਹੈਗੀ, ਸਾਰਾ ਸਾਰਾ ਪਿੰਡ ਤੁਸੀਂ ਇੱਥੋਂ। ਸਾਹਮਣੇ ਗੁਰੂ ਘਰ ਹੈ। ਹਾਂਜੀ ਹਾਂਜੀ ਸਾਹਮਣੇ ਗੁਰੂ ਘਰ ਹੈ, ਗੁਰਬਾਣੀ ਸਵੇਰੀ ਸਵੇਰੇ ਜਦੋਂ ਕੰਨਾਂ 'ਚ ਪੈਂਦੀ ਹੈ ਜੀ ਉਹਦਾ ਸਵਾਦ ਹੁੰਦੀ ਹੈ। ਠੀਕ ਹੈ ਜੀ ਠੀਕ ਹੈ। ਤੇ ਬਾਪੂ ਸਾਡਾ ਕੰਮ ਸਹੀ ਦੱਸੀ ਤੈਨੂੰ ਕਿਵੇਂ ਪਸੰਦ ਆ ਗਿਆ ਤੇ ਕਿਵੇਂ ਉੱਤੋਂ ਹੀ ਨਾ ਕਿਸ ਨਾ? ਬਹੁਤ ਵਧੀਆ ਪਸੰਦ ਆਇਆ ਭਾਈ। ਠੀਕ ਹੈ, ਬੰਦੇ ਤੈਨੂੰ ਵਧੀਆ ਟੱਕਰ ਗਏ? ਬਹੁਤ ਵਧੀਆ। ਠੀਕ ਹੈ ਜੀ। ਕੋਈ ਲਾਂਬਾ? ਸਾਡੇ ਪਸੰਦ ਦਾ ਕੰਮ ਹੋਇਆ ਸਾਰਾ। ਠੀਕ ਹੈ ਜੀ, ਬਹੁਤ ਵਧੀਆ ਸੋਹਣਾ ਲੱਗਦਾ। ਨਿੰਦਰ ਵੀਰਾ ਖੁਸ਼ ਆ ਆਸਟ੍ਰੇਲੀਆ 'ਚ? ਬਹੁਤ ਖੁਸ਼ ਆ ਉਹ। ਠੀਕ ਹੈ ਜੀ, ਜਿਹੜਾ ਦੇਖਦਾ ਹਰੇਕ ਬੰਦਾ ਖੁਸ਼ ਹੁੰਦਾ। ਠੀਕ ਹੈ ਜੀ। ਸੋ ਦੋਸਤੋ ਇਹ ਸੀਗਾ ਜੀ ਸਾਡਾ ਅੱਜ ਦਾ ਪ੍ਰੋਜੈਕਟ, ਨਾਲ ਸਾਡੇ ਸੀਗੇ ਬਾਪੂ ਜੀ ਕਰਨੈਲ ਜੀ, ਤੇ ਜਿਹੜੀ ਇਹ ਕੋਠੀ ਹੈਗੀ 4500 square feet ਦੇ ਵਿੱਚ ਬਣ ਕੇ ਤਿਆਰ ਹੋਈ ਆ, ਤੇ ਪਲੌਟ ਦੀ ਗੱਲ ਕਰੀਏ 45x75 ਦਾ ਪਲੌਟ ਹੈਗਾ। ਠੀਕ ਹੈ ਜੀ, ਫਰੰਟ ਤੋਂ ਚੜਾਈ ਇਹਦੀ ਹੈਗੀ ਆ 45 ਤੇ ਪਿੱਛੇ ਨੂੰ ਹੈਗਾ 75, ਤੇ ਬਹੁਤ ਹੀ ਵਧੀਆ ਸੋਹਣੇ ਤਰੀਕੇ ਨਾਲ ਕੋਠੀ ਤਿਆਰ ਹੋ ਰਹੀ ਆ। ਹਾਲੇ ਤਾਂ ਬਹੁਤ ਇਹਦਾ ਕੰਮ ਰਹਿੰਦਾ ਹੈਗਾ, ਪਰ ਜਿੰਨਾ ਕੁ ਵੀ ਕੰਮ ਹੋਇਆ ਅਸੀਂ ਤੁਹਾਨੂੰ ਵਧੀਆ ਤਰੀਕੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਸੋ ਜੇਕਰ ਤੁਸੀਂ ਵੀ ਸਿਉਂਕ ਸਲਾਬ ਤੋਂ ਪਰੇਸ਼ਾਨ ਹੋ ਸਾਡੇ ਨਾਲ ਸਾਡੀ ਟੀਮ ਦੇ ਨਾਲ ਕੰਟੈਕਟ ਕਰ ਸਕਦੇ ਹੋ। ਧੰਨਵਾਦ ਜੀ, ਮੈਂ ਤੁਹਾਡਾ ਆਪਣਾ ਦੀਪ। ਥੈਂਕ ਯੂ ਜੀ।